नमस्कार, तुसी वेख रहे हो पंजाब टीवी प्राइम। सूबे भर दे विच आम आदमी पार्टी की सरकार वालों खोले जा रहे मोहल्ला क्लीनिकां नूं लैके विरोधी पार्टियां वालों लगातार विरोध किया जा रहा है। उत्थे हुण पिंडां दे लोकां ने भी सरकार वालों खोले गए मोहल्ला क्लीनिकां उत्ते सरकार नूं घेरना शुरू कर दिता है। उत्थे गढ़शंकर दे पिंड पोसी विखे मिनी PHC सेंटर नूं मोहल्ला क्लीनिक दे विच बदलण ते लोकां दे विच विरोध देखण नूं मिल रहा है। आओ वेखदे आ गढ़शंकर तो साडे सहयोगी बिट्टू चौहान की रिपोर्ट। दिल्ली की तर्ज उत्ते पंजाब दे विच बन रहे मोहल्ला क्लीनिका तो कुछ लोग बहुत खुश हैं, पर इस दे नाल ही गढ़शंकर जिले के ज्यादातर पिंड के लोग मोहल्ला क्लीनिका का विरोध कर रहे हैं। इन्ना ही नहीं बल्कि सूबे भर के भी आम आदमी पार्टी की सरकार वालों खोले जा रहे मोहल्ला क्लीनिका का विरोध होना शुरू हो गया है। गढ़शंकर के पिंड पोसी विखे खोले मोहल्ला क्लीनिक बारे गुरनेक सिंह पंजल, जैकबाल धीमान अते मोहनलाल धीमान ने कहा कि लगभग 160 पिंडां नूं लगण वाला PHC पोसी ते रंग दी कूची मार के मोहल्ला क्लीनिक दा नाम बदल के लोकां नूं गुमराह किया जा रहा है। उन्होंने कहा कि पंजाब सरकार नूं चाहिंदा सी कि पहलां तो चल रहे सिविल हस्पतालां ते मिनी PHC सेंटरां दे विच डाक्टरां दी घाट नूं पूरा करके लोकां नूं फायदा दित्ता जांदा। उन्होंने कहा कि पंजाब दी जनता दे पैसे दी दुरवरतों करके मोहल्ला क्लीनिकां ते अपनियां फोटोआं लगा के सरकार दे खजाने नूं चूना लगाया जा रहा है। ਇਹ ਪੋਸੀ ਪਿੰਡ ਆ ਜਿੱਥੇ ਕਿ ਪ੍ਰਾਇਮਰੀ ਹੈਲਥ ਸੈਂਟਰ ਆ, ਇੱਥੇ ਸਬ ਸੈਂਟਰ ਆ ਔਰ ਜਿਹੜਾ ਹੋਸਪਿਟਲ ਆ ਡਿਸਟ੍ਰਿਕਟ ਸਬ ਹੋਸਪਿਟਲ, ਉਹ ਵੀ ਇਹਦੇ ਅੰਡਰ ਗੜਸ਼ੰਕਰ ਦਾ ਬੀਨੇ ਵਾਲ PHC ਜਿਹੜੀ CHC ਆ ਕਮਿਊਨਿਟੀ ਹੈਲਥ ਸੈਂਟਰ ਆ, ਉਹ ਵੀ ਇਸ PHC ਪ੍ਰਾਇਮਰੀ ਹੈਲਥ ਸੈਂਟਰ ਦੇ ਅੰਡਰ ਆ। ਔਰ ਅਕੋਰਡਿੰਗ ਟੂ ਜਿਹੜੀਆਂ ਇੰਡੀਅਨ ਪਬਲਿਕ ਹੈਲਥ ਸਟੈਂਡਰਡ ਗਾਈਡਲਾਈਨਸ ਆ ਉਹਦੇ ਅਨੁਸਾਰ ਹਾਲੇ ਸਿਸਟਮ ਦੇ ਵਿੱਚ ਬਹੁਤ ਵੱਡੀ ਘਾਟ ਆ। ਔਰ ਸਰਕਾਰ ਨੂੰ ਇਹ ਚਾਹੀਦਾ ਸੀਗਾ, ਪੰਜਾਬ ਸਰਕਾਰ ਨੂੰ, ਆ ਜਿਹੜਾ ਲੀਪਾ ਪੋਚੀ ਕੀਤੀ ਆ ਤੁਸੀਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਧੂੜ ਪਾ ਰਹੇ ਹੋ। ਔਰ ਪ੍ਰਾਇਮਰੀ ਹੈਲਥ ਸੈਂਟਰ ਦਾ ਨਾਮ ਉਹੀ ਬਿਲਡਿੰਗ, ਉਹੀ ਇੱਟਾਂ, ਉਹੀ ਸਭ ਕੁਛ, ਉਹਦਾ ਨਾਮ ਬਦਲ ਰਹੇ ਹੋ। ਜਿੱਦਾਂ UP ਦੇ ਵਿੱਚ ਰੇਲਵੇ ਸਟੇਸ਼ਨ ਦਾ ਨਾਮ ਬਦਲਤਾ, ਸ਼ਹਿਰਾਂ ਦਾ ਨਾਮ ਬਦਲਤਾ, ਇੱਦਾਂ ਹੀ ਪੰਜਾਬ ਦੇ ਅੰਦਰ ਵੀ ਪੰਜਾਬ ਸਰਕਾਰ ਹੈਲਥ ਸੈਂਟਰਾਂ ਦੇ ਨਾਮ ਚੇਂਜ ਕਰ ਰਹੀ ਹੈ। ਹੋਰ ਕੁਝ ਨਹੀਂ ਕਰ ਰਹੀ, ਕੋਈ ਨਵਾਂ ਸਟਾਫ ਨਹੀਂ, ਕੋਈ ਨਵੀਂ ਟੈਕਨੀਕ ਨਹੀਂ ਆ। ਇੱਥੇ ਐਕਸਰੇ ਮਸ਼ੀਨ ਪਈ ਆ, ਉਹਦੇ ਲਈ ਤੇ ਰੇਡੀਓਲੋਜਿਸਟ ਦਿੱਤਾ ਕੋਈ ਨਹੀਂ ਆ, ਤੇ ਮੁਹੱਲਾ ਕਲੀਨਿਕ ਦਾ ਨਾਂ ਰੌਲਾ ਪਾਤਾ। ਇਹ ਕਲੀਨਿਕਾਂ ਉੱਥੇ ਖੋਲਣੀਆਂ ਚਾਹੀਦੀਆਂ ਜਿਸ ਪਿੰਡ ਦੇ ਵਿੱਚ ਕੋਈ ਸਰਵਿਸ ਨਹੀਂ ਆ। ਉਸ ਇੰਡੀਅਨ ਪਬਲਿਕ ਹੈਲਥ ਸਟੈਂਡਰਡ ਦੀਆਂ ਗਾਈਡਲਾਈਨਾਂ ਦੀ ਇਹ ਉਲੰਘਣਾ ਆ। ਔਰ ਜੋ ਮਿਸਟਰ ਕੇਜਰੀਵਾਲ ਇੰਡੀਆ ਵਿੱਚ ਡਰਾਮਾ ਕਰ ਰਿਹਾ, ਦਿੱਲੀ ਦੇ ਵਿੱਚ ਤਾਂ ਜਿਹੜਾ ਖੁੱਲਾ ਪਾਣੀ ਹੈ, ਸੀਵਰੇਜ ਦਾ ਦੌਰ ਦਾ ਦਰਿਆ ਚੱਲਦੇ ਆ, ਉਹ ਤੇ ਇਹਨਾਂ ਤੋਂ ਅੱਜ ਤੱਕ ਬੰਦ ਨਹੀਂ ਹੋਇਆ। ਉੱਥੇ ਤਾਂ ਤੰਦਰੁਸਤ ਦਿੱਲੀ ਬਣੀ ਨਹੀਂ ਤੇ ਪੰਜਾਬ ਤੰਦਰੁਸਤ ਬਣਾਉਣ ਤੁਰ ਪਏ। ਜੇ ਪੰਜਾਬ ਨੂੰ ਤੰਦਰੁਸਤ ਬਣਾਉਣਾ ਭਗਵੰਤ ਮਾਨ ਜੀ, ਤੇ ਭੋਜਨ 'ਚ ਮਿਲਾਵਟ ਖਤਮ ਕਰੋ। ਜਿਹੜੀ 36% ਮੈਡੀਸਨ ਡੁਪਲੀਕੇਟ ਆ ਰਹੀ ਆ ਉਸ ਨੂੰ ਬੰਦ ਕਰੋ। ਉਸ ਬਾਰੇ ਤਾਂ ਕੋਈ ਤੁਹਾਡੀ ਸਟੇਟਮੈਂਟ ਨਹੀਂ ਆ ਰਹੀ। ਆ ਪਿੰਡਾਂ ਦੇ ਵਿੱਚ ਗੰਦ ਪਿਆ ਆ, ਗਲੀਆਂ ਨਾਲੀਆਂ ਦੇ ਵਿੱਚ ਗੰਦਗੀ ਨਾਲ ਭਰੀਆਂ ਪਈਆਂ, ਉਹਦੇ ਬਾਰੇ ਤਾਂ ਤੁਸੀਂ ਚੁੱਪ ਕਿ ਉਹ ਹੈਲਥ ਹੈਜ਼ਰਡਸ ਨਹੀਂ ਆ। ਆ ਮਿਲਾਂ ਆ, ਮੇਰੇ ਖਿਆਲ ਸੈਲੇ ਪੇਪਰ ਮਿਲਿਆ, ਪ੍ਰਾਇਮਰੀ ਹੈਲਥ ਸੈਂਟਰ ਹੀ ਐਜ਼ ਇਟ ਇਜ਼ ਰਹਿਣ ਦਿਓ, ਕਿਉਂਕਿ ਹੁਣ ਲੋਕ ਤੁਹਾਡੀਆਂ ਮੁਹੱਲਾ ਕਲੀਨਿਕਾਂ ਦੇ ਨਾਮ ਯਾਦ ਕਰਨਗੇ। ਫਿਰ ਤੁਸੀਂ ਕਰ ਰਹੇ ਹੋ ਆਪਣੀ ਪਾਰਟੀ ਦੀ ਪ੍ਰਮੋਸ਼ਨ ਕਰ ਰਹੇ ਹੋ, ਔਰ ਤੁਸੀਂ ਸਰਕਾਰ ਦੇ ਵਿੱਚ ਬੈਠ ਕੇ ਇਸ ਪਬਲਿਕ ਮਨੀ ਆ, ਤੁਹਾਡੀ ਫੋਟੋ ਦੇ ਪੈਸੇ ਪਬਲਿਕ ਪੇ ਕਰ ਰਹੀ ਆ, ਨਾ ਕਿ ਤੁਸੀਂ ਆਪਣੀ ਪਾਕਟ ਚੋਂ ਪੇ ਕਰ ਰਹੇ ਹੋ। ਇਸ ਕਰਕੇ ਜਿਹੜੀਆਂ ਫੋਟੋਆਂ ਲਾਉਣ ਦਾ ਕਲਚਰ ਆ ਬੰਦ ਹੋਣਾ ਚਾਹੀਦਾ। ਇੱਥੇ ਹੈਲਥ ਦਾ ਸਿਗਨੇ ਲੱਗਣਾ ਚਾਹੀਦਾ। ਤੁਸੀਂ ਸਦਾ ਹੀ ਮੁੱਖ ਮੰਤਰੀ ਨਹੀਂ ਪੰਜਾਬ ਦੇ ਵਿੱਚ ਰਹਿਣ ਵਾਲੇ, ਔਰ ਨਾ ਹੀ ਤੁਸੀਂ ਰਹਿਣਾ ਜਿਸ ਤਰ੍ਹਾਂ ਦਾ ਤੁਸੀਂ ਆ ਲੋਕਾਂ ਦੇ ਅੰਦਰ ਜਿਹੜਾ ਜਲਾਅ ਪੈਦਾ ਕਰ ਰਹੇ ਹੋ। ਤੁਹਾਨੂੰ ਇਸ ਕਰਕੇ ਸਰਕਾਰ ਨੂੰ ਬੇਨਤੀ ਆ ਕਿ ਸਿਸਟਮ ਨੂੰ ਇੰਪਰੂਵ ਕਰੋ, ਨਾ ਨਾ ਚੇਂਜ ਕਰੋ। ਜੇ ਨਾ ਚੇਂਜ ਕਰਨ ਦੀ ਤੁਹਾਡੀ ਪ੍ਰਵਿਰਤੀ ਆ ਤੇ ਫਿਰ BJP ਔਰ ਤੁਹਾਡੇ ਵਿੱਚ ਕੀ ਅੰਤਰ ਹੈ ਗਿਆ? ਵੈਸੇ ਤਾਂ ਤੁਸੀਂ ਆਏ BJP ਦੀ ਵੀ ਟੀਮ ਹੈ। ਇਸ ਕਰਕੇ ਇਹਦਾ ਡਟ ਕੇ ਵਿਰੋਧ ਕੀਤਾ ਜਾਊਗਾ ਲੋਕਾਂ ਦੇ ਵਿੱਚ, ਲੋਕਾਂ ਨੂੰ ਨਾਲ ਲਿਆ ਜਾਊਗਾ। ਔਰ ਤੁਸੀਂ ਲੋਕਾਂ ਨੂੰ ਐਕਸਪਲੋਇਟ ਕਰ ਰਹੇ ਹੋ, ਹੋਰ ਕੁਛ ਨਹੀਂ ਕਰ ਰਿਹਾ। ਇੱਥੇ ਟੋਟਲੀ ਐਕਸਪਲੋਇਟੇਸ਼ਨ। ਮੈਂ ਲੇਬਰ ਪਾਰਟੀ ਵੱਲੋਂ ਮੰਗ ਕਰਦਾ ਕਿ ਇਹ ਮੁਹੱਲਾ ਕਲੀਨਿਕ ਦਾ ਡਰਾਮਾ ਬੰਦ ਕਰਕੇ ਸਟਾਫ ਪੂਰਾ ਦਿਓ, ਸਿਸਟਮ ਪ੍ਰੋਪਰ ਦਿਓ, ਤਾਂ ਕਿ ਜਿਹੜੇ ਲੋਕਾਂ ਨੂੰ ਚੰਗੀ ਹੈਲਥ ਸਿਸਟਮ ਮਿਲ ਸਕੇ। ਜੈ ਹਿੰਦ। ਮੁਹੱਲਾ ਕਲੀਨਿਕ ਵਾਲਾ ਇਹਨਾਂ ਨੇ ਪ੍ਰੋਗਰਾਮ ਬਣਾਇਆ ਹੈਗਾ, ਪੰਜਾਬ ਦੇ ਵਿੱਚ ਵੋਟਾਂ ਲੈਣ ਦਾ ਜ਼ਰੀਆ ਬਣਾਇਆ ਸੀਗਾ, ਉਹ ਉਹਨਾਂ ਦਾ ਜਿਹੜਾ ਰਿਜ਼ਲਟ ਹੈਗਾ ਬਿਲਕੁਲ ਡਿਮੋਟ ਮਿਲਿਆ ਹੈਗਾ। ਡੈਡ ਜਿਹਨੂੰ ਕਹਿੰਦੇ ਅਸੀਂ, ਹਰ ਜਗ੍ਹਾ ਪਰ ਇਹਨਾਂ ਨੇ ਆਪਣੀ ਨਾਕਾਮੀ ਦੱਸੀ ਹੈ, ਹਰ ਸਰਕਾਰ ਹਰ ਜਗ੍ਹਾ ਪਰ ਨਾਕਾਮ ਬਣੀ ਹੈ, ਨਿਕਲੀ ਨਾਕਾਮ। ਜਿਹੜੇ ਇਹ ਕਲੀਨਿਕ ਮੁਹੱਲਾ ਕਲੀਨਿਕ ਜਿਹੜੇ ਬਣਾਉਣ ਦੇ ਚੱਕਰਾਂ ਚ ਘੁੰਮਦੇ ਸੀਗੇ, ਇਹਨਾਂ ਤਾਂ ਡਿਸਪੈਂਸਰੀਆਂ ਵੀ ਨਹੀਂ ਰਹਿਣ ਦਿੱਤੀਆਂ, ਉਹਨਾਂ ਨੂੰ ਪੇਂਟ ਕਰਾ ਕੇ ਹੀ ਮੁਹੱਲਾ ਕਲੀਨਿਕ ਦਾ ਮੁਹੱਲਾ ਕਲੀਨਿਕ ਦਾ ਮਤਲਬ ਹੈਗਾ ਇੱਕ ਇੱਕ ਵਿਹੜੇ ਦੇ ਵਿੱਚ
एक क्लीनिक होना चाहिए, पर इन्होंने सारा डीमोट करता, जिहड़ियां डिस्पेंसरियां सी उन्होंने डीमोट करता, जिहड़े होस्पिटल सी उन्होंने डीमोट करता। साढ़े अज समय के लिहाज नाल होस्पिटलां दे विच डॉक्टर नहीं है, दवाइयां नहीं है, डॉक्टर जिहड़े है भी एक जिथे भी पच्ची पच्ची बैड था, जिदा के साडे चिट्टा हाथी बना के रखे गढ़ शंकरा सरकारी होस्पिटल, वह भी चिट्टा हाथी बनया, एक झुंगी अड्डे च बनाया वह भी चिट्टा हाथी बनया, दो बना के रखे है जिथे डॉक्टर नहीं है। 30-35 बैड बना के दसते उन्होंने भी है असी बैडा नू कहिंदे भी असी है, बट क्या है उत्थे डॉक्टर नहीं है, जे डॉक्टर नहीं है, जे घर च जनानी रोटी बनाने वाली नहीं तो घर कहदा, उह तां उजड़िया घर है। इस सरकार ने झूठे वायदे करके साडे नाल सब कुछ साडे कोल लुट लिया, लुटना क्या साडे मत दा दान लै लिया इन्होंने जिहड़ा सीगा। अपने सरकार बनने के बाद इन्होंने कोई सानू वधिया रिजल्ट दिता नहीं, हुण तक इन्होंने हर महकमे दे नाले धोखा किया सरकारी तौर ते। आ श्रीमान सरारी जी निकले उठे आ बड़े वधिया, भगवंत सिंह मान दी सरकार जिहड़ी बदलाव दे नाते आई आ, इस सवाए प्रचार मीडिया दे साधना राही एड राही सुरखियां च रहना चाहती आ, ए तो अलावा बदलाव कोई नहीं। जे हकीकी रूप च देखा जावे ते जिहड़ा स्कूलों की पहला गल कीती सी उन्हां नूं सफेदी बजाती गई पुराने स्कूलों नूं, फिर जे आपां सेहत सहूलतां दी भी गल कीती जावे, महला क्लीनिक खोलण दी गल कीती आ, असीं चाहुंदे आ सरकारी हस्पताल जिहड़े उन्हां च पूरे डाक्टर होण, उत्थे दवाइयां दा प्रबंध होवे। पिछे डायलिसिस मशीन आई आ गढ़ शंकर, जिहड़ी एक डाक्टर दे डाक्टर ना होण करके किसे दा डायलिसिस नहीं हो रहा, उत्थे ਉਹ ਪੈਸਾ ਜਿਹੜਾ ਮਿੱਟੀ ਚ ਰੁਲ ਗਿਆ। ਇਸੇ ਤਰ੍ਹਾਂ ਜਿਹੜੀ ਇਹ ਡਿਸਪੈਂਸਰੀ ਪੋਸੀ ਆ ਇਹਨੂੰ ਵੀ ਉਹ ਨਾਂ ਚ ਚੇਂਜ ਕਰ ਰਹੀ ਹੈ, ਜਿਹੜੀ ਪਹਿਲਾਂ ਹੀ ਚੱਲ ਰਹੀ ਡਿਸਪੈਂਸਰੀ ਆ ਜਿਹਦੇ ਅੰਡਰ ਪ੍ਰਾਇਮਰੀ ਹੈਲਥ ਸੈਂਟਰ ਆ ਰਹੇ ਆ ਉਹ ਸਾਰਾ ਪਹਿਲਾਂ ਹੀ ਚੱਲਦੀ ਹੈ, ਤੇ ਉਹ ਅਸੀਂ ਜਿਹੜੀਆਂ ਪੁਰਾਣੀ ਬੋਤਲ ਹੈ ਉਹਦਾ ਲੈਵਲ ਬਦਲ ਰਹੇ ਹਾਂ, ਸ਼ਰਾਬ ਉਹੀ ਆ, ਤੇ ਕੀ ਲੋਕਾਂ ਨੂੰ ਦੇਣਾ ਕੀ ਚਾਹੁੰਦੇ ਆ। ਅਸੀਂ ਇਹ ਮੰਗ ਕਰਦੇ ਹਾਂ ਕਿ ਲੋਕ ਜਿਹੜੇ ਆਪਣੇ ਖੂਨ ਪਸੀਨੇ ਦੀ ਕਮਾਈ ਉਹ ਟੈਕਸਾਂ ਦੇ ਰੂਪ ਚ ਤੁਹਾਨੂੰ ਦੇ ਰਹੇ ਆ, ਤੁਸੀਂ ਉਹ ਟੈਕਸ